ਰੱਖਾ ਸਾਡਾ ਪਾਣੀ ਖੋਣ ਵਾਸਤੇ ਇਹ ਬੇਈਮਾਨ ਭਗਵੰਤ ਮਾਨ ਕਰ ਰਿਹਾ ਤੇ ਕੱਲ ਅਦਾਲਤ 'ਚ ਜਿਹੜੀ ਇਹ ਪਰਾਲੀ ਸਾੜ ਕੇ ਪੋਲਿਊਸ਼ਨ ਹੁੰਦੀ ਹੈ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿ ਇਹੋ ਜਿਹੀ ਬਾਇਓਮੈਸ ਦੀ ਅਸੀਂ ਫੈਕਟਰੀਆਂ ਲਾਵਾਂਗੇ ਕਿ ਆ ਕੇ ਫੈਕਟਰੀ ਵਾਲੇ ਕਿਸਾਨਾਂ ਦੇ ਖੇਤਾਂ ਤੋਂ ਪਰਾਲੀ ਲੈ ਕੇ ਜਾਣਗੇ ਨਾਲੇ ਪੈਸੇ ਵੀ ਦੇਣਗੇ ਜਿਹੜਾ ਕੇਜਰੀਵਾਲ ਕਹਿੰਦਾ ਸੀ ਇਹੋ ਜਿਹਾ ਕੈਮੀਕਲ ਮੈਂ ਬਣਾਇਆ ਹੈ ਜਿਹੜੇ ਸਾਰੇ ਕਿਸਾਨਾਂ ਨੂੰ ਦੇਵਾਂਗੇ ਕਿ ਪਰਾਲੀ ਉੱਥੇ ਹੀ ਆਪੇ ਸਾੜਨ ਦੀ ਲੋੜ ਹੀ ਨਹੀਂ ਪਊਗੀ ਉਸ ਕੈਮੀਕਲ ਕਰਕੇ ਤੇ ਕੈਮੀਕਲ ਕੀ ਦੇਣਾ ਬਾਇਓਮਾਸ ਦੇ ਪ੍ਰੋਜੈਕਟ ਕੀ ਲਾਣੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਵਾਸਤੇ ਕੋਈ ਸਬਸਿਡੀ ਕੀ ਦੇਣੀ ਮਸ਼ੀਨਰੀ ਕੀ ਦੇਣੀ ਉਹ ਤਾਂ ਸਾਰਾ ਛੱਡੋ ਕਿਸਾਨਾਂ ਦੇ ਉੱਤੇ ਜਿਹੜੇ ਪਰਚਾ ਕਰ ਰਹੇ ਨੇ ਲੇਕਿਨ ਸਭ ਤੋਂ ਵੱਡੀ ਗੱਲ ਕੱਲ੍ਹ ਅਦਾਲਤ ਵਿੱਚ ਪੰਜਾਬ ਦਾ ਐਡਵੋਕੇਟ ਜਨਰਲ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਕਹਿ ਕੇ ਆਇਆ ਹੈ ਕਿ ਜੇ ਇਹ ਪੋਲਿਊਸ਼ਨ ਰੋਕਣੀ ਹੈ ਪਰਾਲੀ ਨੂੰ ਸੜਨ ਤੋਂ ਰੋਕਣਾ ਹੈ ਤੇ ਇਸ ਝੋਨੇ ਦੇ ਉੱਤੇ MSP ਸਰਕਾਰ ਖਤਮ ਕਰ ਦੇ ਕਿਉਂਕਿ ਜਦ MSP ਨਹੀਂ ਮਿਲੂਗੀ ਫਿਰ ਕਿਸਾਨ ਹੋਰ ਕੋਈ ਚੀਜ਼ ਦੀ ਬਿਜਾਈ ਕਰੂਗੀ ਮਤਲਬ ਸਾਡੇ ਪੰਜਾਬ ਨੂੰ ਹਰਾ ਭਰਾ ਬਣਾਉਣ ਵਾਸਤੇ ਕਿਸਾਨਾਂ ਦਾ ਢਿੱਡ ਭਰਨ ਵਾਸਤੇ ਜਿਹੜੀ ਮਿਹਨਤ ਬਾਦਲ ਸਾਹਿਬ ਨੇ ਕੀਤੀ ਸੀ ਇਹ ਪੰਜਾਬ ਨੂੰ ਬਿਹਾਰ ਤੇ UP ਬਣਾਉਣਾ ਚਾਹੁੰਦਾ ਜਿੱਥੇ ਕੋਈ ਮੰਡੀਕਰਨ ਸਿਸਟਮ ਨਹੀਂ ਹੈ ਕੋਈ MSP ਨਹੀਂ ਹੈ ਤੇ ਜਿਹੜਾ MSP 'ਚ ਝੋਨਾ ਇੱਥੇ ਵਿਕਦਾ ਉਹ 1400 ਦਾ ਵੀ ਉੱਥੇ ਨਹੀਂ ਵਿਕਦਾ ਹੈ ਇਹ ਪੰਜਾਬ ਨੂੰ ਉਸ ਪਾਸੇ ਲਿਜਾ ਕੇ ਕੇਂਦਰ ਦਾ ਏਜੰਡਾ ਭਗਵੰਤ ਮਾਨ ਚਲਾ ਰਿਹਾ ਹੈ ਇੱਕੋ ਉਹਨਾਂ ਦੀ ਧਰਮ ਪਤਨੀ ਨੰਨੀ ਸ਼ਾਂ ਉਹ ਵੀ ਖੜੀ ਸੀ ਇੱਕ ਝੋਨੇ ਦੇ ਖੇਤ 'ਚ ਮੈਂ ਕਿਹਾ ਸ਼ੁਕਰ ਝੋਨੇ ਦੇ ਖੇਤਾਂ 'ਚ ਖੜਨ ਲੱਗੇ ਨੇ ਨਹੀਂ ਤਾਂ ਕਾਲੀਆਂ ਐਨਕਾਂ 'ਚ ਨਜ਼ਰ ਹੀ ਨਹੀਂ ਆਉਂਦਾ ਸੀ ਝੋਨਾ ਕਿਹੜੇ ਰੰਗ ਦਾ ਉਹ ਸਾਨੂੰ ਦੱਸੀ ਜਾਂਦੀ ਸੀ ਉਹ ਪੰਜਾਬੀਆਂ ਨੂੰ ਦੱਸੀ ਜਾਂਦੀ ਸੀ ਅਤੇ ਉਹਦੀ ਪੰਜਾਬੀ ਸੁਣਨ ਵਾਲੀ ਸੀ ਇਹ ਝੋਨਾ ਇਹ ਉਹਦੀ ਪਰਾਲੀ ਹੈ ਇਹ ਪਰਾਲੀ ਨੂੰ ਅੱਗ ਲਗਾਉਂਦੇ ਨੇ ਇਹ ਕੇਜਰੀਵਾਲ ਭਗਵੰਤ ਮਾਨ ਹੈ ਲੈ ਭਗਵੰਤ ਮਾਨ ਨਹੀਂ ਮੈਂ ਕਿਹਾ ਭਗਵੰਤ ਮਾਨ ਹੈ ਪੱਬਾ ਪੜਿਆ ਕਰੋ ਕਦੇ ਪੱਪਾ ਫੱਫਾ ਬੱਬੇ ਭੱਬੇ ਵਾਲੀ ਲਾਈਨ ਪੜ੍ਹੀ ਹੋਵੇ ਉੜਿਆਰੇ ਵਾਲੇ ਕਾਇਦੇ 'ਚ ਤਾਂ ਪਤਾ ਲੱਗੇ ਅੱਛਾ ਬੀਬਾ ਜੀ ਹੁਣ ਤੁਸੀਂ ਦੱਸੋਗੇ ਝੋਨਾ ਕੀ ਹੁੰਦਾ ਨਾਲੇ ਝੋਨਾ ਨਹੀਂ ਝੋਨਾ ਪਰਾਲੀ ਪੰਜਾਬੀ ਸਿੱਖ ਲਓ ਪਹਿਲਾਂ ਪੰਜਾਬੀ ਬੋਲਣੀ ਸਿੱਖ ਲਓ ਫਿਰ ਆਇਓ ਸਾਡੇ ਕੋਲ ਸਾਨੂੰ ਮਲੰਗ ਦੱਸਦੇ ਹੋ ਤੁਸੀਂ